ਜਦੋਂ ਕੋਈ ਗੁਰਮੁਖਾਂ ਦੀ ਸੰਗਤ ਦੇ ਵਿੱਚ ਆਪਣੇ ਮਨ ਨੂੰ ਜੋੜਦਾ ਹੈ, ਜਦੋਂ ਕੋਈ ਰੱਬੀ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠਦਾ ਹੈ, ਸਤਿਗੁਰੂ ਕਹਿੰਦੇ ਨੇ ਦੁਸ਼ਮਨ ਸਭ ਵੀ ਪਾਤਸ਼ਾਹ ਕਹਿੰਦੇ ਨੇ ਜਿੰਨੇ ਵੀ ਦੁਸ਼ਮਣ ਨੇ ਉਹ ਦੁਸ਼ਮਣ ਵੀਰ ਵੀਰ ਦਾ ਪਾਵੇ ਮਿੱਤਰ, ਉਹ ਦੁਸ਼ਮਣ ਮਿੱਤਰ ਬਣ ਜਾਂਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮਨੁੱਖ ਦੀ ਸੋਚ ਨੂੰ ਬੜਾ ਵਿਸ਼ਾਲ ਬਣਾਇਆ। ਜਿਹੜਾ ਮਨੁੱਖ ਗੁਰੂ ਨਾਨਕ ਪਿਤਾ ਜੀ ਤੋਂ ਪਹਿਲਾਂ ਧਾਰਮਿਕ ਸਕ੍ਰਿਤਾ ਦੇ ਅੰਦਰ ਸੂਖਸ਼ਮ ਹਉਮੈ ਦੇ ਅੰਦਰ ਆਪਣਾ ਜੀਵਨ ਬਸਰ ਕਰਦਾ ਸੀ, ਗੁਰੂ ਨਾਨਕ ਪਿਤਾ ਜੀ ਨੇ ਉਹਨੂੰ ਵਿਸ਼ਾਲਤਾ ਵਿੱਚ ਜੀਣਾ ਸਿਖਾਇਆ। ਗੱਲ ਸਮਝ ਵਿੱਚ ਆਏ, ਜਿਵੇਂ ਕਿਤੇ ਕੋਈ ਨਦੀਆਂ ਦਾ ਪਾਣੀ ਵਹਿ ਕੇ ਵੱਡੀਆਂ ਨਦੀਆਂ ਦੇ ਅੰਦਰ ਗਿਰ ਜਾਏ, ਉਹਨਾਂ ਵੱਡੀਆਂ ਨਦੀਆਂ ਦਾ ਪਾਣੀ ਅੱਗੇ ਹੋਰ ਸਫ਼ਰ ਤੈਅ ਕਰੇ ਤੇ ਇੱਕ ਦਿਨ ਤੁਰਦਾ ਤੁਰਦਾ ਸਮੁੰਦਰ ਤੱਕ ਪਹੁੰਚ ਜਾਏ। ਜਿਹੜਾ ਸਮੁੰਦਰ ਤੱਕ ਪਹੁੰਚ ਗਿਆ ਉਹ ਨਦੀ ਵੱਖਰੀ ਸੀ ਤੇ ਉਹਦਾ ਇੱਕ ਵੱਖਰਾ ਨਾਮ ਸੀ। ਜਦੋਂ ਉਹ ਪਾਣੀ ਤੁਰਦਾ ਤੁਰਦਾ ਸਮੁੰਦਰ ਦੇ ਅੰਦਰ ਪਹੁੰਚ ਗਿਆ, ਲੀਕ ਹੋ ਗਿਆ, ਉਸ ਵੇਲੇ ਉਹਦੀ ਆਪਣੀ ਹੋਂਦ ਖਤਮ ਹੋ ਗਈ। ਉਦੋਂ ਉਹ ਭਾਵਾਂ ਕਿੰਨੀਆਂ ਵੀ ਨਦੀਆਂ ਦਾ ਪਾਣੀ ਸੀ, ਉਹ ਜਦੋਂ ਇੱਕ ਹੋ ਗਿਆ ਸਮੁੰਦਰ ਵਿੱਚ ਜਾ ਕੇ ਤੇ ਉਹਦੀ ਆਪਣੀ ਹੋਂਦ ਮੁੱਕ ਗਈ। ਹੁਣ ਉਹਦਾ ਨਾਮ ਇੱਕੋ ਹੀ ਹੈ, ਭਾਵੇਂ ਉਹ 10 ਨਦੀਆਂ ਦਾ ਪਾਣੀ ਸੀ, ਭਾਵੇਂ 50 ਦਾ ਪਾਣੀ ਸੀ, ਭਾਵੇਂ 100 ਨਦੀਆਂ ਦਾ ਪਾਣੀ ਸੀ, ਜਦੋਂ ਇੱਕ ਸਮੁੰਦਰ ਦੇ ਅੰਦਰ ਮਿਲ ਗਿਆ ਉਦੋਂ ਉਹ ਸਮੁੰਦਰ ਦਾ ਰੂਪ ਬਣ ਗਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਮਨੁੱਖ ਵੱਖ ਵੱਖ ਧਰਮਾਂ ਦੇ ਅੰਦਰ, ਵੱਖ ਵੱਖ ਜਾਤਾਂ ਦੇ ਅੰਦਰ, ਵੱਖ ਵੱਖ ਵਰਨਾਂ ਦੇ ਅੰਦਰ ਜੀਵਨ ਬਤੀਤ ਕਰਦਾ ਹੈ। ਪਾਤਸ਼ਾਹ ਕਹਿੰਦੇ ਨੇ ਜਿਸ ਵੇਲੇ ਇਹਦੀ ਸੋਚ, ਇੱਕ ਧਰਮ, ਇੱਕ ਮਜ਼ਹਬ, ਇੱਕ ਵਿਚਾਰ ਇੱਕ ਐਸੀ ਥਾਂ ਤੇ ਆ ਕੇ ਰੁਕ ਜਾਏ ਜਿੱਥੇ ਸਿਵਾਏ ਭਰਮ ਦੇ, ਜਿੱਥੇ ਸਿਵਾਏ ਮਨ ਦੇ ਅੰਦਰ ਦੀ ਦੁਵਿਧਾ ਦੇ ਮਨੁੱਖ ਨੂੰ ਹੋਰ ਕੁਝ ਵੀ ਪ੍ਰਾਪਤ ਨਾ ਹੋਵੇ, ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਦਣ ਇਹ ਅਵਸਥਾ ਬਣੇ ਸਮਝ ਲੈਣਾ ਉਦਣ ਜੀਵਨ ਦੇ ਅੰਦਰ ਤਦੂ ਸ਼ੁਰੂ ਹੋ ਗਿਆ। ਪਾਣੀ ਰੁਕ ਜਾਏ ਕਦਾਨਾ ਤੇ ਉਸ ਪਾਣੀ ਦੇ ਅੰਦਰ ਫਿਰ ਪ੍ਰਭੂ ਆਉਣੀ ਸ਼ੁਰੂ ਹੋ ਜਾਂਦੀ, ਉਹ ਪਾਣੀ ਮੈਲਾ ਹੋਣਾ ਸ਼ੁਰੂ ਹੋ ਜਾਂਦਾ ਤੇ ਉਹੀ ਪਾਣੀ ਦੇ ਸਮੁੰਦਰ ਵਿੱਚ ਗਿਰ ਜਾਏ। ਤਾਂ ਹੀ ਸਤਿਗੁਰ ਜੀ ਨੇ ਬਾਣੀ ਵਿੱਚ ਕਿਹਾ, ਭੁੱਖ ਦਰਿਆਓ ਦਾਣਾ ਪੀਣਾ ਮੈਂ ਮਛਲੀ ਕੈਸੇ ਅੰਤ ਲਹਾਂ। ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਨੇ ਜਦੋਂ ਕੋਈ ਗੁਰਮੁਖਾਂ ਦੀ ਸੰਗਤ ਵਿੱਚ ਕਰਦਾ ਹੈ, ਦੁਸ਼ਮਣ ਜਿਹੜੇ ਦੁਸ਼ਮਣ ਸਨ, ਦੁਸ਼ਮਣ ਦਾ ਪਾਵੇ ਜਿਹੜੇ ਮਨ ਨੂੰ ਦੁੱਖ ਦੇਣ ਵਾਲੇ ਸਨ, ਜਿਹੜੇ ਦੁਸ਼ਮਣ ਪਹਿਲੇ ਇਸ ਮਨ ਨੂੰ ਚੋਟ ਪਹੁੰਚਾਉਂਦੇ ਸਨ, ਧਿਆਨ ਦੇਣਾ ਸਿਰਫ ਬਾਹਰ ਦੇ ਦੁਸ਼ਮਣਾਂ ਦੀ ਗੱਲ ਨਹੀਂ ਹੈ, ਸਾਡੇ ਜੀਵਨ ਦੇ ਅੰਦਰ 5 ਦੁਸ਼ਮਣ ਹਰ ਵੇਲੇ ਨੇ, ਅੱਗੇ ਉਹਨਾਂ ਦੀਆਂ ਹੋਰ ਅਨੇਕਾਂ ਕਿਸਮਾਂ ਨੇ, ਚਿੰਤਾ ਹੈ, ਝੋੜਾ ਹੈ, ਕਲੇਸ਼ ਨੇ। ਸਤਿਗੁਰੂ ਕਹਿੰਦੇ ਨੇ ਇਹ ਜਿਹੜੇ ਦੁਸ਼ਮਣ ਨੇ ਨਾ, ਪਾਤਸ਼ਾਹ ਕਹਿੰਦੇ ਨੇ ਸਭ ਵੀ, ਪਾਤਸ਼ਾਹ ਕਹਿੰਦੇ ਨੇ ਬਾਹਰ ਦੇ ਦੁਸ਼ਮਣ ਵੀ ਮਿੱਤਰ ਬਣ ਗਏ। ਤਾਂ ਗੁਰੂ ਨਾਨਕ ਪਿਤਾ ਜੀ ਜੇ ਗਏ ਨੇ ਸੰਸਾਰ ਦੇ ਅੰਦਰ ਕਿਤੇ ਗੱਲ ਕਰਨ, ਖਿਆਲ ਕਰਨਾ ਵਕਤੀ ਤੌਰ ਤੇ ਹੋ ਸਕਦਾ ਹੈ ਕਿਸੇ ਦੀ ਵਿਚਾਰ ਮੇਰੀ ਵਿਚਾਰ ਦੇ ਨਾਲ ਮੇਲ ਨਾ ਖਾਏ, ਹੋ ਸਕਦਾ ਹੈ ਉਹ ਆਪਣੀ ਵਿਚਾਰ ਮੇਰੇ ਤੇ ਥੋਪਣਾ ਚਾਹੇ ਜਾਂ ਮੈਂ ਆਪਣੀ ਵਿਚਾਰ ਉਹਦੇ ਉੱਪਰ ਰੱਖਣਾ ਚਾਹਵਾਂ, ਹੋ ਸਕਦਾ ਵਕਤੀ ਤੌਰ ਤੇ ਦੋ ਬੰਦਿਆਂ ਦੀ ਵਿਚਾਰ ਮੇਲ ਨਾ ਖਾਏ। ਪਰ ਧੰਨ ਗੁਰੂ ਨਾਨਕ ਪਿਤਾ ਜੀ ਨੇ ਜਦੋਂ ਸੰਸਾਰ ਦੇ ਅੰਦਰ ਵਿਚਾਰ ਦੀ ਗੱਲ ਕੀਤੀ, ਅਕਾਲ ਪੁਰਖ ਦੇ ਹੁਕਮ ਦੀ ਗੱਲ ਕੀਤੀ, ਹੋ ਸਕਦਾ ਬੜੇ ਐਸੇ ਲੋਕ ਹੋਣ ਜਿਨ੍ਹਾਂ ਦਾ ਵਕਤੀ ਤੌਰ ਤੇ ਗੁਰੂ ਨਾਨਕ ਪਿਤਾ ਜੀ ਦੀ ਵਿਚਾਰਧਾਰਾ ਦੇ ਨਾਲ ਮੇਲ ਨਾ ਬਣਿਆ ਹੋ, ਅਨੇਕਾਂ ਐਸੇ ਨੇ ਜਿਨ੍ਹਾਂ ਦਾ ਬਣਿਆ ਵੀ ਨਹੀਂ, ਇਤਿਹਾਸ ਗਵਾਹ ਇਸ ਗੱਲ ਦਾ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਪਿਤਾ ਜੀ ਨੂੰ ਭੂਤਣਾ ਕਿਹਾ ਅਤੇ ਤਾਲਾ ਕਿਹਾ,
ਉਹਨਾਂ ਦਾ ਵਿਚਾਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਦੇ ਨਾਲ ਉਹਨਾਂ ਦੀ ਸੋਚ ਨਹੀਂ ਮਿਲਦੀ, ਉਹਨਾਂ ਦੀ ਸੋਚ ਗੁਰੂ ਨਾਨਕ ਪਿਤਾ ਜੀ ਦੀ ਸੋਚ ਨਾਲ ਨਹੀਂ ਮਿਲਦੀ। ਪਰ ਜਿਹੜੇ ਸਤਿਗੁਰ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਉਹਨਾਂ ਵਿਚਾਰਾਂ ਦੇ ਅੰਦਰ ਭੁੱਲਿਆ ਹੋਇਆ ਲੋਕਾਂ ਨੂੰ ਸਤਿਗੁਰ ਨੇ ਬਾਣੀ ਦੇ ਅੰਦਰ ਕਿਤੇ ਵੀ ਦੁਸ਼ਮਣ ਨਹੀਂ ਕਿਹਾ। ਸਾਡਾ ਸੰਸਾਰ ਦਾ ਹਾਲਾਤ ਦੀ ਸੋਚ ਮੇਰੇ ਨਾਲ ਨਹੀਂ ਮਿਲਦੀ, ਮੈਂ ਕਹਿੰਦਾ ਮੇਰਾ ਦੁਸ਼ਮਣ ਹੈ। ਜਿਹੜਾ ਮੇਰੀ ਗੱਲ ਨਹੀਂ ਮੰਨਦਾ ਮੈਂ ਕਹਿੰਦਾ ਮੇਰਾ ਦੁਸ਼ਮਣ ਹੈ। ਪਰ ਸਤਿਗੁਰ ਗੁਰੂ ਨਾਨਕ ਪਿਤਾ ਜੀ ਦੀ ਸੋਚ ਕਿੰਨੇ ਲੋਕਾਂ ਨਾਲ ਨਹੀਂ ਮਿਲੀ, ਪਰ ਸਤਿਗੁਰ ਨੇ ਬਾਣੀ ਦੇ ਅੰਦਰ ਕਿਤੇ ਵੀ ਨਹੀਂ, ਹਾਂ ਉਹਨਾਂ ਦੀ ਸੋਚ ਨੂੰ ਸਤਿਗੁਰ ਨੇ ਪ੍ਰਗਟ ਕੀਤਾ ਹੈ। ਜਦੋਂ ਸਾਹਿਬ ਨੇ ਆਖਿਆ ਨਾ, ਕੋਈ ਆਖਿਆ ਭੂਤਨਾ ਗੁਪ ਹੈ ਬੇਤਾਲਾ, ਕੋਈ ਆਖਿਆ ਆਦਮੀ ਨਾਨਕ ਬੇਜਾ, ਉਹਨਾਂ ਦੀ ਸੋਚ ਸਤਿਗੁਰ ਨੇ ਪ੍ਰਗਟ ਕੀਤੀ ਹੈ। ਪਰ ਜਦੋਂ ਆਪਣੀ ਸੋਚ ਦੀ ਗੱਲ ਕੀਤੀ ਉਦੋਂ ਮੇਰੇ ਸਤਿਗੁਰ ਦੀ ਕੋਈ ਗੱਲ ਕਹੀ ਹੈ, ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਰ। ਉਦੋਂ ਸਤਿਗੁਰ ਨੇ ਕਿਸੇ ਵੀ ਮਨੁੱਖ ਨੂੰ ਜਾਪ ਕਰਕੇ, ਵਰਤ ਕਰਕੇ, ਧਰਮ ਕਰਕੇ, ਸੋਚ ਕਰਕੇ ਸਤਿਗੁਰ ਨੇ ਉਹਨੂੰ ਹੀਣਾ ਨਹੀਂ ਆਖਿਆ, ਦੀਵਾ ਨਹੀਂ ਆਖਿਆ, ਬਲਕਿ ਇਹ ਗੱਲ ਕਹੀ ਨਾਨਕ ਅਵਗੁਣ ਜਿਤੜੇ। ਸਰ ਕਿਤਨੇ ਕਿਉਂ ਭੁੱਲਿਆ? ਕਿਉਂਕਿ ਇਹਦੀ ਅੱਖਾਂ ਦੇ ਉੱਤੇ ਅਵਗੁਣਾਂ ਦਾ ਪਰਦਾ ਪਿਆ ਹੈ, ਇਹਨੂੰ ਸੱਚ ਦੀ ਸਮਝ ਨਹੀਂ, ਸੱਚ ਦੀ ਪ੍ਰਤੀਤ ਨਹੀਂ। ਤੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਹਾ ਨਾਨਕ ਅਵਗੁਣ ਜਿਤੜੇ, ਜਿੰਨੇ ਅਵਗੁਣ ਨੇ ਜੀਵਨ ਦੇ ਅੰਦਰ, ਸਤਿਗੁਰ ਕਹਿੰਦੇ ਨੇ ਤੇ ਗਲੀ ਜੰਜੀਰ, ਸਭ ਕਹਿੰਦੇ ਨੇ ਉਨੀਆਂ ਹੀ ਮਨੁੱਖ ਨੂੰ ਗੱਲ ਵਿੱਚ ਜੰਜੀਰਾਂ ਪਈਆਂ ਨੇ, ਜਿੰਨੇ ਅਵਗੁਣ ਨੇ ਉਨੀਆਂ ਹੀ ਜੰਜੀਰਾਂ ਨੇ, ਤੇ ਜਿੰਨੀਆਂ ਜੰਜੀਰਾਂ ਨੇ ਮਨੁੱਖ ਉਹਨੇ ਪੱਖ ਤੋਂ ਵੇਖਦਾ ਹੈ, ਮਨੁੱਖ ਉਸੇ ਪੱਖ ਤੋਂ ਵੇਖਦਾ ਹੈ। ਇਹੀ ਕਾਰਨ ਹੈ ਸੰਸਾਰ ਦੇ ਅੰਦਰ ਮਨੁੱਖ ਨੂੰ ਆਪਣਾ ਤੇ ਆਪਣਾ ਦੁੱਖ ਤੇ ਦੁੱਖ ਨਜ਼ਰ ਆਉਂਦਾ ਹੈ, ਦੂਜੇ ਦਾ ਦੁੱਖ ਦੁੱਖ ਨਜ਼ਰ ਨਹੀਂ ਆਉਂਦਾ। ਇਹੀ ਕਾਰਨ ਹੈ ਆਪਣੇ ਦਾ ਨੁਕਸਾਨ ਤੇ ਨੁਕਸਾਨ ਨਜ਼ਰ ਆਉਂਦਾ ਹੈ, ਦੂਜੇ ਦਾ ਨੁਕਸਾਨ ਹੋਵੇ ਤੇ ਬੜਾ ਖੁਸ਼ ਹੁੰਦਾ ਹੈ ਕਿ ਬੜਾ ਚੰਗਾ ਹੋਇਆ ਇਹਦਾ ਨੁਕਸਾਨ ਹੋ ਗਿਆ। ਆਪਣੀ ਤਰੱਕੀ ਤੇ ਇਹਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ, ਦੂਜੇ ਦੀ ਤਰੱਕੀ ਨੂੰ ਵੇਖ ਕੇ ਇਹ ਅੰਦਰੋਂ ਸੜਦਾ ਹੈ, ਅੰਦਰੋਂ ਗਲਦਾ ਹੈ, ਅੰਦਰੋਂ ਕ੍ਰੋਧ ਵਸ ਹੁੰਦਾ ਹੈ। ਆਪ ਆਪਣਾ ਬੱਚਾ ਕ੍ਰੋਧ ਕਰ ਜਾਏ ਤੇ ਬੜੀ ਖੁਸ਼ੀ ਹੁੰਦੀ ਹੈ, ਦੂਜੇ ਦਾ ਕਰਦਾ ਹੈ, ਹਾਲਾਂਕਿ ਉਹਨੇ ਵੀ ਸਟੱਡੀ ਕੀਤੀ, ਉਹਨੇ ਵੀ ਪੜ੍ਹਾਈ ਕੀਤੀ, ਉਹਨੇ ਵੀ ਰਾਤ ਨੂੰ ਸਾਰੀ ਰਾਤ ਬੈਠ ਕੇ ਪਤਾ ਨਹੀਂ ਕਿੰਨੀਆਂ ਰਾਤਾਂ ਇੱਕ ਇੱਕ ਅੱਖਰ ਨੂੰ ਉਹਨੇ ਵਾਚੇ ਆਪਣੇ ਜੀਵਨ ਦੇ ਅੰਦਰ। ਪਰ ਜਿਹੜਾ ਮਨੁੱਖ ਜਿਸ ਮੁਕਾਮ ਤੇ ਨਹੀਂ ਪਹੁੰਚਿਆ ਉਹ ਆਪਣੇ ਜੀਵਨ ਨੂੰ ਸਕਲ ਤੋਂ ਵੇਖਣਾ ਸ਼ੁਰੂ ਕਰ ਦਿੰਦਾ ਹੈ। ਇਹਨੂੰ ਮੇਰੇ ਸਤਿਗੁਰੂ ਕਹਿੰਦੇ ਨੇ ਨਾਨਕ ਅਵਗੁਣ ਜਿਤੜੇ ਤੇਤੇ ਗਲੀ ਜੰਜੀਰ। ਸਰ ਕਹਿੰਦੇ ਨੇ ਉਹਨੀਆਂ ਗੱਲ ਵਿੱਚ ਜੰਜੀਰਾਂ ਹੁੰਦੀਆਂ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਆ ਜੰਜੀਰਾਂ ਕਦੋਂ ਕੱਟੀਆਂ ਜਾਂਦੀਆਂ ਨੇ, ਕਦੋਂ ਟੁੱਟਦੀਆਂ ਨੇ? ਦਾਦਾ ਪਿਤਾ ਕਹਿੰਦੇ ਨੇ ਜਦੋਂ ਗੁਰਮੁਖਾਂ ਦੀ ਸੰਗਤ ਮਿਲ ਜਾਏ, ਸਾਧ ਸੰਗ ਦੁਸ਼ਮਣ ਸਭ ਮੀਤ। ਪਾਤਸ਼ਾਹ ਕਹਿੰਦੇ ਨੇ ਉਦੋਂ ਫਿਰ ਸਾਰੇ ਪਿੱਤਰ ਬਣ ਜਾਂਦੇ ਨੇ, ਨਾ ਕੋ ਬੈਰੀ ਨਹੀਂ ਬੇਗਾਨਾ। ਉਦੋਂ ਸਮਝ ਆ ਜਾਂਦੀ ਸਤਿਗੁਰ ਕਿਹੜਾ ਮੇਰਾ ਬੈਰੀ ਹੈ, ਕਿਉਂਕਿ ਬੈਰੀ ਉਹ ਹੋਏਗਾ ਜਿਹੜਾ ਬੇਗਾਨਾ ਹੋਏਗਾ ਮੇਰੇ ਨਾਲ, ਤੇ ਕਿਸੇ ਦੇ ਅੰਦਰ ਮੈਂ ਤੇ ਭੇਦ ਸਮਝਦਾ ਹੀ ਕੋਈ ਨਹੀਂ। ਹੁਣ ਸਮਝ ਆ ਗਈ ਵੀ ਮੇਰੇ ਮਾਲਕ ਜੀ ਇੱਥੇ ਜਿੰਨੇ ਸੰਸਾਰ ਦੇ ਅੰਦਰ ਨੇ ਸਵੈ ਕੱਢ, ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ। ਹੁਣ ਸਮਝ ਆ ਗਈ ਇੱਕ ਲਫਾਟੀ ਪੁੰਚਰ ਚਿੰਤੀ ਭਾਜਨ ਹੈ, ਬਹੁ ਨਾਨਾ ਦੇ ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਨੇ। ਹੁਣ ਸਮਝ ਆ ਗਈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮੇਰੇ ਮਾਲਕ ਜੀ ਮੈਂ ਕਿਤੇ ਨਾਲ ਦੁਸ਼ਮਣੀ ਕਰਾਂ? ਦੁਸ਼ਮਣੀ ਉਸ ਨਾਲ ਹੋਵੇ, ਇਹੀ ਕਾਰਨ ਹੈ ਜੇ ਸਤਿਗੁਰਾਂ ਦੇ ਵੇਲੇ ਕੋਈ ਸਾਹਮਣੇ ਚੜ੍ਹ ਕੇ ਆ ਗਿਆ ਨਾ। ਹੁਣ ਜਦੋਂ ਕੋਈ ਮਾਰਨ ਆਇਆ ਹੈ ਤੇ ਸਤਿਗੁਰ ਨੇ ਪਹਿਲਾਂ ਕਰਮ ਸਿੰਘ ਨੂੰ ਕਿਹਾ ਵੀ ਤੂੰ ਆਪਣੀ ਹਿਫਾਜ਼ਤ ਕਰ, ਕਿ ਮੇਰੇ ਸਤਿਗੁਰ ਨੇ ਜਿਹੜਾ ਪੰਜਾਂ ਕਕਾਰਾਂ ਵਿੱਚੋਂ ਸਾਹਮਣੇ ਇੱਕ ਕਕਾਰ ਬਖਸ਼ਿਆ ਨਾ, ਜਿਹਨੂੰ ਅਸੀਂ ਕਿਰਪਾਨ ਕਹਿੰਦੇ ਹਾਂ, ਖਿਆਲ ਕਰਿਓ ਦਿਖਾਵੇ ਲਈ ਅਸੀਂ ਆਪਣੇ ਕੰਨ ਤੇ ਨਹੀਂ ਪਾਈ ਹੋਈ, ਇਹ ਦਿਖਾਉਣ ਲਈ ਕੋਈ ਚਿੰਨ੍ਹ ਨਹੀਂ ਹੈ। ਇਸ ਚਿੰਨ੍ਹ ਦੇ ਪਿੱਛੇ ਇੱਕ ਬੜੀ ਵੱਡੀ ਸੋਚ ਹੈ, ਇਸ ਚਿੰਨ੍ਹ ਦੇ ਪਿੱਛੇ ਇੱਕ ਬੜਾ ਵੱਡਾ ਇਤਿਹਾਸ ਹੈ, ਤੇ ਜਿੰਨੀ ਦੇਰ ਤੱਕ ਸਿੱਖ ਨੂੰ ਉਸ ਇਤਿਹਾਸ ਦੀ ਸਮਝ ਨਹੀਂ ਆਉਂਦੀ, ਇਹੀ ਕਾਰਨ ਹੈ ਅਸੀਂ ਤਨ ਤੇ ਕਿਰਪਾਨ ਪਾਈ ਤੇ ਜ਼ਰੂਰ ਹੁੰਦੀ ਹੈ, ਪਰ ਇੱਕ ਚਿੰਨ੍ਹ ਦੇ ਵਜੋਂ। ਇਹ ਸਤਿਗੁਰਾਂ ਨੇ ਸਾਨੂੰ ਕਿਹਾ ਕਿ ਪਾਣੀ ਹੈ ਚਿੰਨ੍ਹ, ਉਹ ਆਕਾਰ ਬਿਲਕੁਲ ਇੰਨਾ ਹੋ ਗਿਆ 2-4 ਇੰਚ ਦਾ। ਮੈਂ ਕਈ ਵਾਰੀ ਹੈਰਾਨ ਹੁੰਦਾ, ਮੈਂ ਕਹਿੰਦਾ ਸੱਜਣਾ ਤੇਰੇ ਪਾਣ ਦਾ ਲਾਭ ਵੀ ਕੀ ਹੈ, ਤੇਰੇ ਪਾਣ ਦਾ ਲਾਭ ਵੀ ਕੀ ਹੈ? ਇਹਦੇ ਪਿੱਛੇ ਸਤਿਗੁਰ ਨੇ ਕੋਈ ਲੌਜਿਕ ਰੱਖਿਆ ਸੀ, ਕੋਈ ਸੋਚ, ਕੋਈ ਸਮਝ ਇਹਦੇ ਪਿੱਛੇ ਕਾਬਲ ਸੀ,
ਪਰ ਅਸੀਂ ਉਸ ਨੂੰ ਨਾ ਸਮਝ ਸਕੇ, ਕਾਰਨ ਕੀ ਹੋਇਆ ਸਾਡੇ ਜੀਵਨ ਦੇ ਅੰਦਰ ਉਹ ਆਸਰਾ ਨਾ ਬਣ ਸਕੀ, ਉਹ ਆਧਾਰ ਨਾ ਬਣ ਸਕੀ। ਤਾਂ ਗੁਰੂ ਅਰਜਨ ਦੇਵ ਪਿਤਾ ਜੀ ਨੇ ਤਾਂ ਹੀ ਬਾਣੀ ਵਿੱਚ ਬਚਨ ਕਹਿੰਦੇ, ਜੇ ਸਿੱਖ ਦੇ ਉੱਪਰ ਕੋਈ ਚੜ੍ਹ ਕੇ ਆਇਆ ਹੈ ਤੇ ਸਭ ਤੋਂ ਤੇ ਪਹਿਲੀ ਗੱਲ ਹਿਫਾਜ਼ਤ ਕੀਤੀ ਹੈ, ਤੇ ਜੇ ਮੈਦਾਨੇ ਜੰਗ ਵਿੱਚ ਫੱਟ ਲੱਗਣ ਤੋਂ ਬਾਅਦ ਦੁਸ਼ਮਣ ਤੜਫਦਾ ਪਿਆ ਬਿਨਾਂ ਪਾਣੀ ਤੋਂ, ਤੇ ਫਿਰ ਉੱਥੇ ਮੇਰੇ ਸਤਿਗੁਰੂ ਨੇ ਮਿਸਾਲਾਂ ਵੀ ਰੱਖੀਆਂ ਨੇ। ਉੱਥੇ ਜਦੋਂ ਗੁਰੂ ਦਾ ਪਿਆਰਾ ਮੇਰੇ ਹੱਥ ਵਿੱਚ ਮਸ਼ਕ ਲੈ ਕੇ ਤੁਰਦਾ ਹੈ, ਤੇ ਮੇਰੇ ਸਤਿਗੁਰੂ ਨੂੰ ਜਾ ਕੇ ਕਿਹਾ ਸੀ ਵੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਅਸੀਂ ਬੜੀ ਮੁਸ਼ਕਲ ਦੇ ਨਾਲ ਮਾਰਦੇ ਹਾਂ, ਫਿਰ ਇਹਨਾਂ ਨੂੰ ਪਾਣੀ ਪਿਆ ਕੇ ਖੜੇ ਕਰ ਦਿੰਦਾ ਹੈ, ਇਹ ਪਾਣੀ ਪੀ ਕੇ ਫਿਰ ਖੜੇ ਹੋ ਜਾਂਦੇ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਪੁੱਛਿਆ ਤੇ ਕੋਈ ਜਵਾਬ ਇਹੀ ਮਿਲਿਆ ਸੀ ਨਾ, ਸਤਿਗੁਰ ਜੀ ਮੈਨੂੰ ਉਹਨਾਂ ਸਾਰਿਆਂ ਦੇ ਉੱਪਰੋਂ ਜਿੰਨੇ ਮੈਦਾਨੇ ਜੰਗ ਵਿੱਚ ਪਏ ਹੁੰਦੇ ਨੇ ਨਾ ਮੇਰੇ ਸਤਿਗੁਰ ਜੀ, ਮੈਨੂੰ ਤੁਹਾਡਾ ਹੋਊਗਾ ਵੀ ਤੁਸੀਂ ਮੈਦਾਨੇ ਜੰਗ ਵਿੱਚ ਫੱਟੜ ਹੋਇਆ ਨੂੰ ਪਾਣੀ ਪਿਆਉਣਾ ਹੈ। ਮੇਰੇ ਮਾਲਕ ਜੀ ਜਦੋਂ ਮੈਂ ਪਾਣੀ ਪਿਆ ਤੁਰਨਾ, ਮੇਰੀਆਂ ਅੱਖਾਂ ਦੇ ਸਾਹਮਣੇ ਕੋਈ ਗੱਲ ਆ ਜਾਂਦੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਮੇਰੇ ਸਤਿਗੁਰ ਜੀ ਨੇ ਉਦੋਂ ਇੱਕੋ ਹੀ ਗੱਲ ਮੇਰੇ ਸਾਹਮਣੇ ਆ ਜਾਂਦੀ, ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਹੋ। ਸਤਿਗੁਰੇ ਸਿੱਖ ਆਪਣਾ ਕੰਮ ਕਰਦੇ ਨੇ, ਮੈਂ ਆਪਣਾ ਕੰਮ ਕਰ ਰਿਹਾ, ਇਹ ਆਪਣਾ ਕੰਮ ਕਰ ਰਹੇ ਨੇ, ਆਪਣਾ ਕਰਮ ਕਰ ਰਹੇ ਨੇ, ਮੈਂ ਆਪਣਾ ਕਰਮ ਕਰ ਰਿਹਾ। ਤੇ ਸਤਿਗੁਰੂ ਨੇ ਕਿਹਾ ਵਾਹ ਭਾਈ, ਮੇਰੇ ਦਾਦਾ ਪਿਤਾ ਜੀ ਨੇ ਜਿੱਥੇ ਪਾਣੀ ਦੀ ਸੇਵਾ ਦਿੱਤੀ ਸੀ ਉੱਥੇ ਨਾਲ ਬਲਬ ਦੀ ਦਿੱਤੀ ਵੀ ਉਹਨਾਂ ਵੀ ਕੰਮ ਕਰ। ਕਿਉਂ? ਕਿਉਂਕਿ ਸਾਧ ਸੰਗ ਦੁਸ਼ਮਣ ਸਭ ਵੀ, ਫਿਰ ਪਾਤਸ਼ਾਹ ਕਹਿੰਦੇ ਨੇ ਸਾਧੂ ਕੈ ਸੰਗ ਮਹਾਪੁਨੀ, ਕਿਉਂ ਦੁਸ਼ਮਣ ਵੀ ਮਿੱਤਰ ਬਣ ਗਏ। ਪਾਤਸ਼ਾਹ ਕਹਿੰਦੇ ਨੇ ਕਿਉਂ ਮਹਾਪੁਨੀ, ਮਹਾਂ ਦਾ ਭਾਵੇ ਬਹੁਤ ਜ਼ਿਆਦਾ, ਪੁਨੀਤ ਦਾ ਭਾਵੇ ਪਵਿੱਤਰ। ਸਰ ਕਹਿੰਦੇ ਨੇ ਕਿਉਂਕਿ ਸਾਧ ਸੰਗ ਗੁਰਮੁਖਾਂ ਦੀ ਸੰਗਤ ਦੇ ਨਾਲ ਜੁੜ ਕੇ ਇਹ ਜਿਹੜਾ ਮਨ ਸੀ ਸਤਿਗੁਰੂ ਕਹਿੰਦੇ ਨੇ ਬਹੁਤ ਸਾਫ਼ ਹੋ ਜਾਂਦਾ ਹੈ, ਇਹਦੇ ਅੰਦਰ ਦੀ ਮਲੀਨਤਾ ਖਤਮ ਹੋ ਜਾਂਦੀ, ਜਿਸ ਮਲੀਨਤਾ ਕਰਕੇ ਮੇਲ ਤੇਲ ਦੀ ਭਾਵਨਾ ਬਣੀ ਹੋਈ ਸੀ। ਸਤਿਗੁਰੂ ਜੀ ਨੇ ਖਿਆਲ ਕਰਿਓ ਪਾਣੀ ਦੇ ਅੰਦਰ ਨਾ ਧਾਰਮਿਕ ਪੁਰਖਾਂ ਨੂੰ ਬੜੀ ਹੀ ਮੇਰੇ ਸਤਿਗੁਰੂ ਨੇ ਅੱਗੇ ਹੋ ਕੇ ਜਿਹੜੇ ਧਰਮ ਦੇ ਨਾਮ ਤੇ ਭਰਮ ਪਖੰਡ ਇਹ ਚੀਜ਼ਾਂ ਸਮਾਜ ਵਿੱਚ ਫੈਲਾਉਂਦੇ ਸਨ, ਸਤਿਗੁਰੂ ਨੇ ਉਹਨਾਂ ਨੂੰ ਬੜੀ ਬਾਣੀ ਦੇ ਅੰਦਰ ਬੜੇ ਔਖੇ ਸ਼ਬਦਾਂ ਦੇ ਅੰਦਰ ਪ੍ਰਤਾਰੇ ਪ੍ਰਤਾਰਨਾ ਕੀਤੀ ਉਹਨਾਂ ਲੋਕਾਂ ਨੂੰ। ਉਹ ਸਤਿਗੁਰ ਦੇ ਸ਼ਬਦ ਪੜ੍ਹੀਏ ਤੇ ਬੜੇ ਹੀ ਔਖੇ ਸ਼ਬਦ ਨੇ ਉਹ, ਪਰ ਖਿਆਲ ਕਰਿਓ ਨਾਲ ਨਾਲ ਮੇਰੇ ਸਤਿਗੁਰ ਨੇ ਜੇ ਬ੍ਰਾਹਮਣ ਦੀ ਗੱਲ ਕੀਤੀ ਤੇ ਉਹਨੂੰ ਆਖਿਆ ਵੀ ਸੋ ਬ੍ਰਾਹਮਣ ਜੋ ਬਿੰਦੈ ਬ੍ਰਾਹਮਣ ਹੋਣਾ ਮਾੜੀ ਗੱਲ ਨਹੀਂ ਹੈ, ਪਰ ਬ੍ਰਾਹਮਣ ਉਹ ਅਸਲ ਵਿੱਚ ਜਿਹੜਾ ਬ੍ਰਹਮ ਨੂੰ ਬਿੰਦ ਲੈਂਦਾ, ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ, ਤੇ ਜਿਹਨੂੰ ਪਰਮਾਤਮਾ ਦੀ ਸਮਝ ਆ ਜਾਏ ਉਹਦੀ ਨਿਗਾਹ ਵਿੱਚ ਕੋਈ ਵੈਸ਼ ਨਹੀਂ ਹੋਏਗਾ, ਕੋਈ ਸ਼ੁਦਰ ਨਹੀਂ ਹੋਏਗਾ, ਕੋਈ ਖੱਤਰੀ ਨਹੀਂ ਹੋਏਗਾ, ਉਹਦੀ ਨਿਗਾਹ ਵਿੱਚ ਤੇ ਚਾਰੇ ਭੋਗ ਹੈ। ਤਾਂ ਗੁਰੂ ਨਾਨਕ ਪਿਤਾ ਜੀ ਕਹਿੰਦੇ ਨੇ ਜੇ ਬਣਨਾ ਹੈ ਬ੍ਰਾਹਮਣ ਤੇ ਇਸ ਵਿਸ਼ੇ ਤੋਂ ਇਸ ਆਧਾਰ ਤੋਂ ਆਪਣੇ ਮਨ ਨੂੰ ਬਣਾ, ਜੇ ਤੂੰ ਬਣਨਾ ਚਾਹੁੰਦਾ ਹੈ ਕਾਜੀ ਤੇ ਪਹਿਲੋਂ ਆਪਣੇ ਕਰਮਾਂ ਨੂੰ ਸਮਝ। ਦਾਦਾ ਪਿਤਾ ਜੀ ਤਾਂ ਹੀ ਕਹਿੰਦੇ ਨੇ ਸਾਧੂ ਕੈ ਸੰਗ ਮਹਾ ਪੁਨੀਤ, ਪਾਤਸ਼ਾਹ ਕਹਿੰਦੇ ਨੇ ਹਿਰਦਾ ਬੜਾ ਪਵਿੱਤਰ ਹੋ ਜਾਂਦਾ ਹੈ, ਮਨ ਬੜਾ ਸਾਫ਼ ਹੋ ਜਾਂਦਾ ਹੈ, ਤੇ ਜਦੋਂ ਮਨ ਸਾਫ਼ ਹੋ ਗਿਆ ਸਤਿਗੁਰ ਕਹਿੰਦੇ ਨੇ ਫਿਰ ਕੋਈ ਦੁਸ਼ਮਣ ਨਜ਼ਰ ਨਹੀਂ ਆਏਗਾ। ਤਾਂ ਹੀ ਸਤਿਗੁਰ ਕਹਿੰਦੇ ਨੇ ਸਾਧ ਸੰਗ ਕਿਸ ਸਿਉ ਨਹੀਂ ਬਹਿ, ਹੁਣ ਪਾਤਸ਼ਾਹ ਕਹਿੰਦੇ ਨੇ ਕਿਸੇ ਦੇ ਨਾਲ ਵੈਰੀ ਨਹੀਂ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਹੋ ਬਣੇ ਆਏ, ਜਿਹਨੂੰ ਮੇਰੇ ਸਤਿਗੁਰ ਕਹਿੰਦੇ ਨੇ ਸਭ ਕੋ ਉਮੀਦ ਹਮ ਆਪਣ ਕੀਨਾ, ਮੈਂ ਤੇ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲਿਆ। ਜਾਂ ਕਮੀਤ ਸਾਜਨ ਹੈ ਸਮੀਆਂ ਕਿਸ ਜਨ ਕੋ ਕਹੋ ਕਾ ਕੀ ਕਮੀਆਂ, ਸਤਿਗੁਰੂ ਕਹਿੰਦੇ ਨੇ ਜਿੰਨਾ ਮਿੱਤਰ ਅਕਾਲ ਪੁਰਖ ਬਣਦਾ ਉਹ ਸਾਰੀ ਮਨੁੱਖਤਾ ਦੇ ਨਾਲ ਮਿੱਤਰਤਾ ਬਣਾ ਲੈਂਦਾ, ਤੇ ਜਿਹੜਾ ਅਕਾਲ ਪੁਰਖ ਦੇ ਚਰਨਾਂ ਨਾਲ ਆਪਣੇ ਮਨ ਦੀ ਸਾਂਝ ਵੀ ਬਣਾ ਸਕਿਆ, ਸਤਿਗੁਰੂ ਕਹਿੰਦੇ ਨੇ ਉਹ ਫਿਰ ਸਮਾਜ ਦੇ ਅੰਦਰ ਵੀ ਬਣੀਆਂ ਪੈਦਾ ਕਰਦਾ ਹੈ। ਦਾਦਾ ਪਿਤਾ ਜੀ ਤਾਂ ਹੀ ਕਹਿ ਰਹੇ ਸਾਧ ਸੰਗ ਕਿਸ ਸਿਉ ਨਹੀਂ ਬਹਿ, ਸਾਧ ਕੈ ਸੰਗ ਨਾ ਬੀਗਾ ਪੈਰ, ਬੀਗਾ ਬੀਗਾ ਦਾ ਭਾਵ ਹੁੰਦਾ ਹੈ ਢਿੱਡਾ, ਧਿਆਨ ਦੇਣਾ, ਬੀਗਾ ਦਾ ਭਾਵ ਹੈ ਢਿੱਡਾ, ਪੈਰ ਦਾ ਭਾਵ ਹੈ ਪੈਰ। ਸਤਿਗੁਰੂ ਕਹਿੰਦੇ ਨੇ ਉਸ ਮਨੁੱਖ ਦੇ ਜਿਹੜੇ ਕਦਮ ਨੇ ਨਾ, ਪੈਰ ਹੈ ਨਾ ਜਿਹੜਾ, ਉਹ ਫਿਰ ਟੇਢੇ ਪਾਸੇ ਨਹੀਂ ਜਾਏਗਾ, ਟੇਢੇ ਤੋਂ ਭਾਵ ਹੈ ਬੀਗਾ ਤੋਂ ਭਾਵ ਹੈ ਮਾੜੇ ਪਾਸੇ। ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰਮੁਖਾਂ ਦੀ ਸੰਗਤ ਕਰ ਲਏ ਉਹਦੇ ਕਦਮ ਜਿਹੜੇ ਨੇ ਉਹਦੀ ਸੰਗਤ ਮਾੜੀ ਨਹੀਂ ਹੋਏਗੀ, ਉਹਦੇ ਕਦਮ ਜਿਹੜੇ ਨੇ ਉਹ ਮਾੜੇ ਪਾਸੇ ਨਹੀਂ ਜਾਣਗੇ, ਉਹਦੇ ਕਦਮ ਹਮੇਸ਼ਾ ਸਤਸੰਗਤ ਵੀ ਜਾਣਗੇ, ਉਹਦੇ ਕਦਮ ਹਮੇਸ਼ਾ ਰੱਬ ਦੀ ਇਬਾਦਤ ਵਾਲੀ ਥਾਂ ਵੱਲ ਜਾਣਗੇ। ਉਹ ਜਿੱਥੇ ਬੈਠੇਗਾ, ਜਿੱਥੇ ਜਾਏ ਬਹੀਏ ਭਲਾ ਕਹੀਏ, ਜਿੱਥੇ ਜਾ ਕੇ ਰਹੇਗਾ ਉੱਥੇ ਰੱਬ ਦੀ ਗੱਲ ਹੋਏਗੀ, ਉੱਥੇ ਪ੍ਰਮਾਤਮਾ ਦੀ ਗੱਲ ਹੋਏਗੀ। ਤਾਂ ਸਤਿਗੁਰੂ ਕਹਿ ਰਹੇ ਨੇ ਸਾਧ ਕੈ ਸੰਗ ਨਾ ਬੀਗਾ ਪੈਰ,
ਪਾਤਸ਼ਾਹ ਕਹਿੰਦੇ ਨੇ ਤੇ ਕਲਮ ਫਿਰ ਮਾੜੇ ਪਾਸੇ ਨਹੀਂ ਜਾਣਗੇ, ਸਾਧ ਕੈ ਸੰਗ ਨਾਹੀ ਕੋ ਮੰਦਾ। ਪਾਤਸ਼ਾਹ ਕਹਿੰਦੇ ਨੇ ਗੁਰਮੁਖਾਂ ਦੀ ਸੰਗਤ ਵਿੱਚ ਜੁੜਨ ਦੇ ਨਾਲ ਨਾਹੀ ਕੋ ਮੰਦਾ। ਪਾਤਸ਼ਾਹ ਕਹਿੰਦੇ ਨੇ ਕੋਈ ਮਨੁੱਖ ਮੰਦਾ, ਮੰਦਾ ਦਾ ਭਾਵ ਹੀ ਪੈੜਾ ਮਾੜਾ, ਕੋਈ ਮਨੁੱਖ ਪੈੜਾ ਕੋਈ ਮਨੁੱਖ ਮਾੜਾ ਨਜ਼ਰ ਨਹੀਂ ਆਉਂਦਾ। ਜਦੋਂ ਸਮਝ ਆ ਜਾਏ ਵੀ ਸਾਧ ਕੈ ਸੰਗ, ਹੁਣ ਸਮਝ ਆ ਗਈ ਵੀ ਸਭ ਮੈਂ ਜੋਤ ਜੋਤ ਹੈ ਸੋਏ, ਹੁਣ ਸਮਝ ਆ ਗਈ ਵੀ ਮੇਰੇ ਮਾਲਕ ਜੀ ਮੇਰੇ ਅੰਦਰ ਵੀ ਜੋਤ, ਇਹਦੇ ਅੰਦਰ ਵੀ ਜੋਤ, ਫਰਕ ਸਿਰਫ ਇੱਦਾਂ ਹੈ। ਇਹਦਾ ਬਾਅਦ ਜਿਹੜਾ ਹੈ ਨਾ, ਇਹਦੀ ਕਰਮੀ ਜਿਹੜੀ ਉਹ ਬੜੀ ਮਾੜੀ ਹੋ ਗਈ, ਇਹਦੀ ਸੰਗਤ ਜਿਹੜੀ ਬੜੀ ਮਾੜੀ ਹੋ ਗਈ। ਖਿਆਲ ਕਰਿਓ, ਕਿਸੇ ਦੀ ਮਾੜੀ ਸੰਗਤ ਹੋ ਗਈ ਤੇ ਮਨੁੱਖ ਦੀ ਸੋਚ ਮਨੁੱਖ ਦੀ ਵਿਚਾਰ ਦੇ ਉੱਪਰ ਉਸ ਵੇਲੇ ਤਰਸ ਤੇ ਕੀਤਾ ਸਤਿਗੁਰ ਦੀ ਬਾਣੀ ਦੇ ਅੰਦਰ ਵੀ ਮੇਰੇ ਮਾਲਕ ਕਿਹਦੇ ਤੇ ਕਿਰਪਾ ਕਰੀ, ਤਰਸ ਕਰੀ, ਇਹਨੂੰ ਚੰਗੀ ਸੰਗਤ ਮਿਲ ਜਾਏ। ਪਰ ਮੇਰੇ ਸਤਿਗੁਰ ਨੇ ਕਿਤੇ ਬਾਣੀ ਦੇ ਅੰਦਰ ਇਹ ਵੀ ਉਹਦੀ ਮਾੜੇ ਕਰਮਾਂ ਨੂੰ ਵੇਖ ਕੇ ਇਹ ਨਹੀਂ ਆਖਿਆ ਵੀ ਇਹ ਮਨੁੱਖ ਹੀ ਸੰਸਾਰ ਦੇ ਅੰਦਰ ਆਉਣ ਵਾਲਾ ਹੋ ਗਿਆ। ਸਤਿਗੁਰ ਨੇ ਹਾਂ ਤਰਸ ਕੀਤਾ ਉਹਦੀ ਮਤ ਦੇ ਉੱਪਰ, ਉਹਦੇ ਕਰਮਾਂ ਦੇ ਉੱਪਰ, ਨਾ ਹੀ ਸਤਿਗੁਰ ਕਹਿ ਰਹੇ ਨੇ ਸਾਧ ਕੈ ਸੰਗ ਨਾ ਹੀ ਉਹ ਮੰਦਾ। ਗੁਰੂ ਕੀ ਸੰਗਤ ਵਿੱਚ ਜਿਹੜਾ ਗੁਰੂ ਪਿਆਰਿਆਂ ਦੀ ਸੰਗਤ ਨਾਲ ਜੁੜੇ, ਸਤਿਗੁਰ ਕਹਿੰਦੇ ਨੇ ਫਿਰ ਕੋਈ ਮੰਦਾ ਨਹੀਂ ਰਹਿ ਜਾਂਦਾ, ਕੋਈ ਭੈੜਾ ਨਹੀਂ ਰਹਿ ਜਾਂਦਾ, ਸਾਧ ਸੰਗ ਜਾਵੇ ਪਰਮਾਨੰਦਾ। ਕਿਉਂ? ਕਿਉਂਕਿ ਸਤਿਗੁਰ ਕਹਿੰਦੇ ਨੇ ਫਿਰ ਸਾਰਿਆਂ ਦੇ ਅੰਦਰੋਂ ਪਰਮਾਨੰਦਾ, ਪਰਮਾਨੰਦਾ ਭਾਵ ਪਰਮ ਆਨੰਦ ਦੇਣ ਵਾਲਾ, ਜਿਹੜਾ ਪਰਮ ਆਨੰਦ ਪਰਮ ਦਾ ਭਾਵ ਹੁੰਦਾ ਉੱਚਾ, ਪਰਮਾਨੰਦ ਦਾ ਭਾਵ ਹੋ ਗਿਆ ਉੱਚਾ ਆਨੰਦ ਦੇਣ ਵਾਲਾ, ਉੱਚੇ ਆਨੰਦ ਤੋਂ ਭਾਵੇ ਉੱਚੀ ਆਤਮਕ ਅਵਸਥਾ ਦੇਣ ਵਾਲਾ, ਉਹ ਜਿਹੜਾ ਅਕਾਲ ਪੁਰਖ ਹੈ। ਪਾਤਸ਼ਾਹ ਜੀ ਕਹਿੰਦੇ ਨੇ ਫਿਰ ਮਨੁੱਖ ਉਸ ਅਕਾਲ ਪੁਰਖ ਨੂੰ ਜਾਣ ਲੈਂਦਾ, ਸਾਧ ਸੰਗ ਜਾਣੇ ਪਰਮਾਨੰਦਾ, ਫਿਰ ਸਾਰਿਆਂ ਦੇ ਅੰਦਰੋਂ ਪਰਮ ਆਨੰਦ ਭਾਵ ਉਸ ਅਕਾਲ ਪੁਰਖ ਕਲੀ ਚੂੜਨ ਪਰਮਾਤਮਾ ਦਾ ਰੂਪ ਨਜ਼ਰ ਆਉਂਦਾ ਹੈ। ਸਾਧ ਕੈ ਸੰਗ ਨਾਹੀ ਹੋਤਾ। ਪਾਤਸ਼ਾਹ ਕਹਿੰਦੇ ਨੇ ਰੱਬ ਦੇ ਪਿਆਰਿਆਂ ਨਾਲ ਜੁੜਿਆ ਨਾ ਹੀ ਹੋ ਹੋ ਦਾ ਭਾਵੇ ਮੈਂ ਮੇਰੀ, ਤਾਪ ਤਾਪ ਦਾ ਭਾਵੇ ਦੁੱਖ। ਸਭ ਕਹਿੰਦੇ ਨੇ ਫਿਰ ਮੈਂ ਮੇਰੀ ਦਾ ਅੰਦਰ ਦੁੱਖ ਨਹੀਂ ਹੁੰਦਾ, ਹਾਂ ਮੈਂ ਦਾ ਅੰਦਰੋਂ ਦੁੱਖ ਜਿਹੜਾ ਉਹ ਨਿਕਲ ਜਾਂਦਾ ਹੈ ਜਿਹੜਾ ਗੁਰੂ ਕੇ ਪਿਆਰਿਆਂ ਦੀ ਸੰਗਤ ਨਾਲ ਜੁੜ ਜਾਏ। ਖਿਆਲ ਕਰਿਓ, ਸੰਗਤ ਵਿੱਚ ਜੁੜਿਆ ਕੋਈ ਇੱਕ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਸੰਗਤ ਵਿੱਚ ਜੁੜਿਆ ਮਿਲੇਗਾ ਕੀ, ਅਸਲ ਵਿੱਚ ਅਸੀਂ ਜਦੋਂ ਕਹਿੰਦੇ ਹਾਂ ਅਸੀਂ ਆਪਣੀ ਮਤ ਨੂੰ ਪਹਿਲਾਂ ਹੀ ਬੰਦ ਕਰਕੇ ਬਹਿੰਦੇ। ਖਿਆਲ ਕਰਿਓ, ਅਸੀਂ ਭਾਂਡਾ ਸਾਰਾ ਪਹਿਲਾਂ ਹੀ ਭਰਿਆ ਹੁੰਦਾ ਹੈ, ਭਰਿਆ ਹੁੰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਪਹਿਲਾਂ ਹੀ ਭਰਿਆ, ਤੇ ਜਦੋਂ ਸੰਗਤ ਵਿੱਚ ਆਏ ਆਉਣ ਤੋਂ ਪਹਿਲਾਂ ਅਸੀਂ ਖਾਲੀ ਕੀ ਕੀਤਾ। ਬਾਣੀ ਦੇ ਬੜੇ ਪਿਆਰੇ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਹਰਨ ਬੜੀ ਕਮਾਲ ਦੇ ਦਿੱਤੀ ਹੈ। ਉਹ ਕਹਿੰਦੇ ਨੇ ਜਦੋਂ ਕੋਈ ਭਿਖਾ, ਉਹ ਆਪਣੇ ਮਨ ਵਿੱਚ ਇੱਕ ਗੱਲ ਪੱਕੀ ਕਰਕੇ ਜਾਂਦਾ ਹੈ ਵੀ ਦੇਖ ਭਲਿਆ ਤੂੰ ਇਹ ਭਿਖਾਰੀ, ਤੂੰ ਇਹ ਮੰਗਦਾ, ਤੇ ਮੰਗਦੇ ਮੰਗਣ ਲੱਗਿਆ ਸ਼ਰਮ ਨਹੀਂ ਕਰਨੀ ਚਾਹੀਦੀ। ਉਹ ਆਪਣੇ ਮਨ ਨੂੰ ਸਮਝਾ ਕੇ ਤੁਰਦਾ ਹੈ ਤੇ ਉਹ ਮਨ ਕਹਿੰਦਾ ਕਿ ਸ਼ਰਮ ਕਰਨੀ, ਜੇ ਕੋਈ ਬੁਰਾ ਮਾੜਾ ਕਹਿ ਦੇ, ਕੋਈ ਬੁਰਾ ਕਹਿ ਦੇ, ਤੇ ਭਿਖਾਰੀ ਆਪਣੇ ਮਨ ਨੂੰ ਸਮਝਾਉਂਦਾ ਭਾਵੇਂ ਕੋਈ ਲੱਖ ਬੁਰਾ ਕਵੇ, ਭਾਵੇਂ ਕੋਈ ਲੱਖ ਮੰਦਾ ਕਵੇ, ਪਰ ਤੂੰ ਅੱਗੋਂ ਸਿਰ ਚੁੱਕ ਕੇ ਉਹਨੂੰ ਮਾੜਾ ਨਹੀਂ ਕਹਿਣਾ, ਤੂੰ ਅੱਗੋਂ ਸਿਰ ਝੁਕਾ ਕੇ ਸਿਫਤ ਦੀ ਕਰਨੀ, ਵਡਿਆਈ ਕਰਨੀ। ਭਿਖਾਰੀ ਆਪਣੇ ਮਨ ਨੂੰ ਸਮਝਾ ਕੇ ਤੁਰਦਾ ਹੈ ਤੇ ਖਿਆਲ ਕਰਿਓ ਜਦੋਂ ਸਮਝਾ ਕੇ ਤੁਰਦਾ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਜਿਹੜਾ ਸਾਹਮਣੇ ਵਾਲਾ ਬੰਦਾ ਹੈ ਨਾ, ਉਹ ਪਹਿਲੀ ਨਜ਼ਰ ਵੇਖ ਕੇ ਕਹਿੰਦਾ ਹੈ ਭਿਖਾਰੀ ਨੂੰ ਅੱਗੋਂ ਡਾਂਟਦਾ ਵੀ ਹੈ, ਫਿਟਕਾਰਦਾ ਵੀ ਹੈ, ਮੰਦਾ ਵੀ ਕਹਿੰਦਾ, ਮਾੜਾ ਵੀ ਬੋਲਦਾ, ਪਰ ਭਿਖਾਰੀ ਦੀ ਅਧੀਨਤਾ ਨੂੰ ਵੇਖ ਕੇ ਨਾ ਵੀ ਅੱਗੋਂ ਬੋਲਿਆ ਉਸਦੀ ਬੜਾ ਅਧੀਨਗੀ ਵਿੱਚ ਕੀਤਾ ਪਿਆ, ਬੜਾ ਅਧੀਨ ਹੋ ਕੇ ਕੀਤਾ ਪਿਆ, ਉਹਦੀ ਅਧੀਨਤਾ ਨੂੰ ਵੇਖ ਕੇ ਉਹਨੂੰ ਤਰਸ ਆ ਜਾਂਦਾ ਹੈ ਤੇ ਪੱਲੇ ਚਾਰ ਪੈਸੇ ਕੱਢ ਕੇ ਦੇ ਦਿੰਦਾ ਹੈ। ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਉਦਾਹਰਨਾਂ ਦਿੱਤੀਆਂ, ਉਹ ਕਹਿੰਦੇ ਨੇ ਵੇਖੋ ਗੁਰੂ ਘਰ ਵਿੱਚ ਜਾਈਏ ਤੇ ਮਨੁੱਖ ਕੀ ਕਰਦਾ ਹੈ, ਬਾਹਰ ਆਪਣੇ ਜੋੜੇ ਜੋੜੇ ਘਰ ਵਿੱਚ ਰੱਖ ਕੇ ਆਉਂਦਾ, ਬਾਹਰ ਉਤਾਰ ਕੇ ਆਉਂਦਾ, ਕਦੇ ਐਸਾ ਵੀ ਹੁੰਦਾ ਜੋੜੇ ਪਾ ਕੇ ਗੁਰੂ ਘਰ ਵਿੱਚ ਆ ਜਾਏ, ਜੋੜੇ ਬਾਹਰ ਲਾ ਕੇ ਆਏ। ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਗੱਲ ਚੇਤਾ ਰੱਖੀਏ, ਜਦੋਂ ਵੀ ਗੁਰੂ ਦੇ ਦਰ ਤੇ ਜਾਈਏ ਤਾਂ ਆਪਣੀ ਹੰਕਾਰ ਨਾਲ ਭਰੀ ਹੋਈ ਮਤ ਜਿਹੜੀ ਨਾ, ਜਿਵੇਂ ਜੋੜੇ ਬਾਹਰ ਰੱਖ ਕੇ ਆਉਂਦੇ ਹਨ, ਕੱਲ ਵੀ ਬਸ ਇਸੇ ਤਰ੍ਹਾਂ ਆਪਣੀ ਮਤ ਬਾਹਰ ਰੱਖ ਕੇ ਆਈ। ਪਾਇਨ ਕਿਪਨ ਹੀ ਰਹਿਤ ਪਰ ਹਰੀ ਭਰੀ, ਕਹਿੰਦੇ ਜਿਵੇਂ ਪਾਇਨ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਬਾਹਰ ਬਾਹਰ ਕੁੜੀਏ ਤੇ ਪੈਰਾਂ ਦੇ ਕਿੰਨੇ ਕੰਡੇ ਚੁੱਕਦੀ ਹੈ ਜੁੱਤੀ, ਪੱਥਰ ਪੈਰ ਵਿੱਚ ਕੋਈ ਵੱਜ ਜਾਏ ਜੁੱਤੀ ਬਚਾਉਂਦੀ ਹੈ ਸਾਨੂੰ, ਪਰ ਜਦੋਂ ਗੁਰੂ ਘਰ ਵਿੱਚ ਆਉਣਾ ਹੋਵੇ ਜੁੱਤੀ ਅਸੀਂ ਬਾਹਰ ਲਾਹ ਕੇ ਆਉਂਦੇ ਹਾਂ, ਕਦੀ ਵੀ ਤਾਂ ਪੈਰਾਂ ਵਿੱਚ ਪਾ ਕੇ ਨਹੀਂ ਆਉਂਦੇ। ਸਤਿਗੁਰ ਕਹਿੰਦੇ ਨੇ ਠੀਕ ਹੈ ਹੰਕਾਰ ਨਾਲ ਅੰਦਰ ਤੇਰਾ ਭਰਿਆ ਹੈ, ਇਹ ਗੱਲ ਚੇਤੇ ਰੱਖੀ, ਜੇ ਗੁਰੂ ਦੇ ਦਰ ਤੇ ਆਇਆ ਵੀ ਭਾਂਡਾ ਭਰ ਕੇ ਲਿਆਏਗਾ,
ਦਾਤਾ ਪਿਤਾ ਜੀ ਕਹਿੰਦੇ ਨੇ ਫਿਰ ਦੇ ਅੰਦਰ ਕੁਝ ਨਹੀਂ ਸੁਣਾ ਸਕਦਾ। ਜੇ ਭਾਂਡਾ ਪਹਿਲੇ ਭਰਿਆ ਇੱਥੇ ਆਮ ਤੋਂ ਪਹਿਲਾਂ ਆਪਣੇ ਭਾਂਡੇ ਨੂੰ ਖਾਲੀ ਕਰੀਏ, ਇੱਥੇ ਤਾਂ ਹੀ ਆਮ ਦਾ ਲਾਭ ਹੈ, ਤਾਂ ਹੀ ਆਮ ਦਾ ਫਾਇਦਾ। ਜੇ ਧੰਨ ਗੁਰੂ ਅਰਜਨ ਦੇਵ ਪਿਤਾ ਕਹਿੰਦੇ ਨੇ ਸਾਧ ਕੈ ਸੰਗ ਨਾਹੀ ਹੋ ਤਾਪ, ਪਾਤਸ਼ਾਹ ਕਹਿੰਦੇ ਨੇ ਜਿਹੜਾ ਹੋਂਦੇ ਦਾ ਤਾਪ ਇਹਨਾਂ ਦੋਖੇ ਗੁਰਮੁਖ ਪਿਆਰਿਆਂ ਦੀ ਸੰਗਤ ਦੇ ਨਾਲ ਜੁੜਿਆ ਇਹ ਹੋਂਦੇ ਦਾ ਦੁੱਖ ਦੂਰ ਹੋ ਜਾਂਦਾ ਹੈ। ਸਾਧ ਕੈ ਸੰਗ ਤਜੈ ਸਭ ਆਪ, ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਜੁੜਿਆ ਸਤਿਗੁਰ ਕਹਿੰਦੇ ਨੇ ਫਿਰ ਮਨੁੱਖ ਆਪਣੇ ਆਪ ਨੂੰ ਅੰਦਰੋਂ ਤਜ ਦਿੰਦਾ ਹੈ। ਆਪਣੇ ਆਪ ਦਾ ਤਿਆਗ ਕਰਨਾ ਕੀ ਹੈ? ਆਪਣੇ ਅੰਦਰ ਜੋ ਕੁਝ ਮੇਰੇ ਆਪਣੀ ਮਾਈਂਡ ਆਪਣੀ ਸੋਚ ਆਪਣੇ ਵਿਚਾਰ ਕਰਕੇ ਮੇਰੇ ਮਨ ਵਿੱਚ ਪੈਦਾ ਹੋਇਆ ਪਰਮਾਤਮਾ ਆਪ ਜਾਣਦਾ ਹੈ, ਨਾਨਕ ਸਾਧ ਪ੍ਰਭੂ ਵਡਿਆਈ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਨਾਨਕ